ਹਾਂਜੀ ਸਟੂਡੈਂਟਸ ਜਿਹੜੇ ਆਪਾਂ ਕਵਿਤਾ ਕੀਤੀ ਸੀ 5th ਕਲਾਸ ਦੇ ਵਿੱਚ ਜਿਨ੍ਹਾਂ ਦੇ ਨੈਣਾਂ ਵਿੱਚ ਸਵੇਰੇ ਉਹਦੇ ਨਾਲ ਸੰਬੰਧਿਤ ਇਹੀ ਪ੍ਰਸ਼ਨ ਉੱਤਰ ਹੈ ਇਹ ਕਰਨ ਦੇ ਵਿੱਚ ਬਹੁਤ ਹੀ ਆਸਾਨ ਹੈ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਵੇਂ ਫੁੱਲਾਂ ਕੋਲੋਂ ਕੀ ਸਿੱਖਣਾ ਚਾਹੀਦਾ ਹੈ ਔਰ ਆਪਣਾ ਸੈਕਿੰਡ ਕੁਐਸਚਨ ਹੈ ਹਨੇਰੀ ਤੋਰ ਰਫਤਾਰ ਮੰਗ ਕੇ ਬੱਚੇ ਕੀ ਕਰਨਾ ਚਾਹੁੰਦੇ ਹਨ ਥਰਡ ਕੁਐਸਚਨ ਹੈ ਬੱਚਿਆਂ ਅਨੁਸਾਰ ਵੱਡੇ ਦੁਸ਼ਮਣ ਕੌਣ ਕੌਣ ਹਨ ਤੇ ਲਾਸਟ ਕੁਐਸਚਨ ਹੈ ਆਪਣਾ ਬੱਚੇ ਥਲ ਅਤੇ ਬੰਜਰ ਭੂਮੀ ਉੱਤੇ ਕੀ ਕਰਨਾ ਚਾਹੁੰਦੇ ਹਨ ਤਾਂ ਹਾਂਜੀ ਬੱਚੋ ਚਾਰ ਕੁਐਸਚਨ ਤੁਸੀਂ ਇਹ ਰਾਈਟ ਕਰਨੇ ਆਪਦੀ ਨੋਟਬੁੱਕ ਦੇ ਉੱਤੇ ਤੇ ਇੱਕ ਤੁਸੀਂ ਇਹ ਪੈਰਾ ਬੁੱਲਾਂ ਵਿੱਚ ਬੁੱਲਾਂ ਵਿੱਚ ਖਿੜੀਆਂ ਮੁਸਕਾਨਾਂ ਸਹਿਨਸ਼ੀਲਤਾ ਨਾਲ ਯਰਾਨਾ ਆਵਰ ਰਲ ਮਿਲ ਕੇ ਤੇ ਕੁਝ ਕਰੀਏ ਇਹ ਕਸ਼ਟਾਂ ਦਾ ਸਾਗਰ ਹਰੀ ਤਾਂ ਤਾਂ ਬੇਟੇ ਇਸ ਪੈਰੇ ਨੂੰ ਤੁਸੀਂ ਪੜ੍ਹ ਕੇ ਇਹਦੇ ਵਿੱਚ ਸਿਰਫ ਤਿੰਨ ਕੁਐਸਚਨ ਆ ਜਿਨ੍ਹਾਂ ਦੇ ਤੁਸੀਂ ਆਨਸਰ ਲਿਖਨੇ ਆ ਬੁੱਲਾਂ ਤੇ ਕੀ ਖੜਿਆ ਹੋਇਆ ਹੈ ਬੱਚਿਆਂ ਦਾ ਯਰਾਨਾ ਕਿਸ ਨਾਲ ਹੈ ਬੱਚੇ ਰਲ ਮਿਲ ਕੇ ਕੀ ਕਰਨਾ ਚਾਹੁੰਦੇ ਹਨ ਤਾਂ ਹਾਂਜੀ ਬੱਚੋ ਇਹ ਤੁਸੀਂ ਕੁਐਸਚਨ ਆਨਸਰ ਆ ਜਿਹੜੇ ਆਪਦੀ ਨੋਟਬੁੱਕ ਦੇ ਉੱਤੇ ਰਾਈਟ ਕਰਨੇ ਆ ਤੇ ਇਸ ਤੋਂ ਇਲਾਵਾ ਤੁਸੀਂ ਇੱਕ ਪੈਰਾ ਉਹਦੇ 5 ਜਾਂ 6 ਸਤਰ ਆਪਦੇ ਆਪ ਲਿਖਣੀਆਂ ਨੇ ਮਿਹਨਤ ਸਫਲਤਾ ਦੀ ਕੁੰਜੀ ਵਿਸ਼ੇ ਉੱਪਰ ਇੱਕ ਪੈਰਾ ਰਚਨਾ ਕਰੋ ਤਾਂ ਬੇਟੇ ਇਹ 4 ਜਾਂ 5 ਲਾਈਨਾਂ ਦਾ ਇੱਕ ਪੈਰਾ ਬਣਾਉਣਾ ਹੈ ਵੀ ਮਿਹਨਤ ਕਿਵੇਂ ਸਫਲਤਾ ਦੀ ਕੁੰਜੀ ਹੈ ਥੈਂਕਸ